ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਦੀ ਖੂਬਸੂਰਤ ਐਕਟਰੈਸ ਕੁਲਰਾਜ ਰੰਧਾਵਾ ਜੋ ਕਦੇ ਐਕਟਰੈਸ ਬਣਨਾ ਨਹੀਂ ਚਾਹੁੰਦੀ ਸੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਹੁਣ ਲੰਬੇ ਸਮੇਂ ਬਾਅਦ ਮੁੜ ਪੰਜਾਬੀ ਇੰਡਸਟਰੀ ਵਿੱਚ ਨਜ਼ਰ ਆਉਣਗੇ ਨੌਕਰ ਵੋਟੀ ਦਾ ਫਿਲਮ ਦੇ ਨਾਲ ਅੱਜ ਵੀਡੀਓ ਦੇ ਵਿੱਚ ਜਾਣਾਂਗੇ ਕਿ ਆਖਿਰ ਇੰਨਾ ਸਮਾਂ ਕਿਉਂ ਇੰਡਸਟਰੀ ਤੋਂ ਦੂਰ ਰਹੇ ਕੌਣ ਸੀ ਉਹਨਾਂ ਦਾ ਬੋਏਫ੍ਰੈਂਡ ਅਤੇ ਕਿਸ ਕਾਰਨ ਤੋਂ ਫੈਲੀ ਸੀ ਉਹਨਾਂ ਦੀ ਮੌਤ ਦੀ ਅਫਵਾਹ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗਗਨਦੀਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਦੇ ਵਿੱਚ ਕੁਲਰਾਜ ਰੰਧਾਵਾ ਬਾਰੇ ਜਾਣਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਰਿਕੁਐਸਟ ਹੈ ਕਿ ਜੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਆਪਣੇ ਇਸ ਚੈਨਲ ਨਾਲ ਜੁੜ ਜਾਓ ਅਤੇ ਨਾਲ ਹੀ ਬੈੱਲ ਆਈਕਨ 'ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਕੁਲਰਾਜ ਰੰਧਾਵਾ ਨੂੰ ਪਸੰਦ ਕਰਨ ਵਾਲੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ ਅਸੀਂ ਹਰ ਖੇਤਰ ਨਾਲ ਜੁੜੇ ਪੰਜਾਬੀ ਸਿਤਾਰਿਆਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਕੁਲਰਾਜ ਰੰਧਾਵਾ ਦਾ ਜਨਮ 16 ਮਈ 1983 ਨੂੰ ਦੇਹਰਾਦੂਨ ਦੇ ਇੱਕ ਪੜ੍ਹੇ ਲਿਖੇ ਸਿੱਖ ਪਰਿਵਾਰ ਦੇ ਵਿੱਚ ਹੋਇਆ ਪਿਤਾ ਇੰਡੀਅਨ ਆਰਮੀ ਤੋਂ ਰਿਟਾਇਰਡ ਆਫਿਸਰ ਨੇ ਪਰਿਵਾਰ ਦੇ ਵਿੱਚ ਕੁਲਰਾਜ ਦੀ ਭੈਣ ਵੀ ਨੇ ਜੋ ਕਿ ਪੇਸ਼ੇ ਤੋਂ ਡਾਕਟਰ ਨੇ ਜੇ ਗੱਲ ਕਰੀਏ ਕੁਲਰਾਜ ਦੀ ਪੜ੍ਹਾਈ ਦੀ ਤਾਂ ਉਹਨਾਂ ਨੇ ਬੈਚਲਰ ਇਨ ਮੈਨੇਜਮੈਂਟ ਤੋਂ ਬਾਅਦ MBA ਦੀ ਪੜ੍ਹਾਈ ਕੀਤੀ ਹੈ ਹੁਣ ਜਾਣਦੇ ਹਾਂ ਕੁਲਰਾਜ ਰੰਧਾਵਾ ਦਾ ਇੰਡਸਟਰੀ ਦੇ ਵਿੱਚ ਕਿਵੇਂ ਡੈਬਿਊ ਹੋਇਆ ਇੱਕ ਇੰਟਰਵਿਊ ਦੇ ਵਿੱਚ ਕੁਲਰਾਜ ਦੱਸਦੇ ਨੇ ਕਿ ਜਿਸ ਸਮੇਂ ਉਹ ਬੈਂਗਲੋਰ ਤੋਂ ਆਪਣੀ MBA ਦੀ ਪੜ੍ਹਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਉਸ ਸਮੇਂ ਹੀ ਆਫਰ ਮਿਲਣੇ ਸ਼ੁਰੂ ਹੋ ਗਏ ਸੀ ਪਰ ਕੁਲਰਾਜ ਨੂੰ ਇਹ ਡਰ ਸੀ ਕਿ ਉਹਨਾਂ ਦੇ ਪਿਤਾ ਨੇ ਨਹੀਂ ਮੰਨਣਾ ਪਰ ਇਸ ਦੇ ਉਲਟ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਫਿਰ ਉਹਨਾਂ ਨੇ ਮੁੰਬਈ ਜਾ ਕੇ ਕੋਰਸ ਪੂਰਾ ਕੀਤਾ ਅਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਕੁਲਰਾਜ ਨੇ ਆਪਣੀ ਸ਼ੁਰੂਆਤ GTV ਦੇ ਹਿੰਦੀ ਸੀਰੀਅਲ ਤੋਂ ਕੀਤੀ ਜਿਸ ਦਾ ਨਾਮ ਸੀ ਕਰੀਨਾ ਕਰੀਨਾ ਇਹ ਸੀਰੀਅਲ ਦੀ ਸ਼ੁਰੂਆਤ 1 ਸਤੰਬਰ 2004 ਨੂੰ ਹੋਈ ਅਤੇ 17 ਅਕਤੂਬਰ 2005 ਨੂੰ ਬੰਦ ਹੋਇਆ ਕੁਲਰਾਜ ਨੂੰ TV ਤੇ ਆਉਣ ਦੇ ਲਈ ਕੋਈ ਜ਼ਿਆਦਾ ਸਟਰਗਲ ਨਹੀਂ ਕਰਨੀ ਪਈ ਕਰੀਨਾ ਕਰੀਨਾ TV ਸ਼ੋਅ ਕਰਨ ਤੋਂ ਬਾਅਦ ਕੁਲਰਾਜ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸਾਲ 2006 'ਚ ਮੰਨਤ ਫਿਲਮ ਦੇ ਨਾਲ ਡੈਬਿਊ ਕੀਤਾ ਇਸ ਫਿਲਮ ਵਿੱਚ ਉਹ ਜਿਮੀ ਸ਼ੇਰਗਿੱਲ ਦੇ ਨਾਲ ਲੀਡ ਰੋਲ ਦੇ ਵਿੱਚ ਦਿਖਾਈ ਦਿੱਤੇ ਪੰਜਾਬੀ ਦਰਸ਼ਕਾਂ ਨੇ ਇਸ ਫਿਲਮ ਦੇ ਨਾਲ ਨਾਲ ਕੁਲਰਾਜ ਨੂੰ ਵੀ ਕਾਫ਼ੀ ਪਸੰਦ ਕੀਤਾ ਫਿਰ ਸਾਲ 2009 ਵਿੱਚ ਦੂਜੀ ਫਿਲਮ ਆਈ ਜਿਸ ਦਾ ਨਾਮ ਸੀ ਤੇਰਾ ਮੇਰਾ ਕੀ ਰਿਸ਼ਤਾ ਇਸ ਫਿਲਮ ਦੇ ਵਿੱਚ ਵੀ ਕੁਲਰਾਜ ਨੇ ਜਿਮੀ ਸ਼ੇਰਗਿੱਲ ਦੇ ਨਾਲ ਲੀਡ ਰੋਲ ਦੇ ਵਿੱਚ ਕੰਮ ਕੀਤਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ 2 ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਕੁਲਰਾਜ ਨੇ ਬਾਲੀਵੁੱਡ ਦਾ ਰੁੱਖ ਕੀਤਾ ਅਤੇ ਸਾਲ 2009 ਦੇ ਵਿੱਚ ਹੀ ਹਿੰਦੀ ਫਿਲਮ ਚਿੰਟੂ ਜੀ ਦੇ ਵਿੱਚ ਰਿਸ਼ੀ ਕਪੂਰ ਦੇ ਨਾਲ ਕਾਮੇਡੀ ਫਿਲਮ ਵਿੱਚ ਕੰਮ ਕੀਤਾ ਇਹ ਫਿਲਮ ਵੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤੀ ਇਸ ਤੋਂ ਬਾਅਦ ਜਾਨੇ ਭੀ ਦੋ ਯਾਰੋ ਯਮਲਾ ਪਗਲਾ ਦੀਵਾਨਾ 4 ਦਿਨ ਕੀ ਚਾਂਦਨੀ ਅਤੇ ਲੱਕੀ ਕਬੂਤਰ ਜਿਹੀਆਂ ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਸਭ ਤੋਂ ਜ਼ਿਆਦਾ ਯਮਲਾ ਪਗਲਾ ਦੀਵਾਨਾ ਦੇ ਵਿੱਚ ਬੋਬੀ ਦਿਓਲ ਦੇ ਨਾਲ ਉਹਨਾਂ ਦੀ ਜੋੜੀ ਨੂੰ ਪਸੰਦ ਕੀਤਾ ਗਿਆ ਇਹਨਾਂ ਹਿੰਦੀ ਫਿਲਮਾਂ ਤੋਂ ਬਾਅਦ ਕੁਲਰਾਜ ਨੇ 2 ਪੰਜਾਬੀ ਫਿਲਮਾਂ ਡਬਲ ਦੀ ਟ੍ਰਬਲ ਅਤੇ ਨਿਧੀ ਸਿੰਘ ਦੇ ਵਿੱਚ ਕੰਮ ਕੀਤਾ 2016 ਦੇ ਵਿੱਚ ਆਈ ਨਿਧੀ ਸਿੰਘ ਫਿਲਮ ਕਾਫ਼ੀ ਪਸੰਦ ਕੀਤੀ ਗਈ ਪਰ ਇਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਇੰਡਸਟਰੀ ਤੋਂ ਦੂਰ ਰਹੇ ਇੰਡਸਟਰੀ ਤੋਂ ਦੂਰ ਰਹਿਣ ਦਾ ਕਾਰਨ ਕੁਲਰਾਜ ਨੇ ਇਹ ਦੱਸਿਆ ਕਿ ਉਹ ਇਸ ਸਮੇਂ ਦੇ ਵਿੱਚ ਕੈਨੇਡਾ ਰਹਿ ਰਹੇ ਸੀ ਜਿੱਥੇ ਉਹ ਆਪਣੀ ਪ੍ਰੋਡਕਸ਼ਨ ਕੰਪਨੀ ਦਾ ਸੈਟਅਪ ਕਰਨ ਦੇ ਵਿੱਚ ਬਿਜ਼ੀ ਸੀ ਜਿਸ ਕਰਕੇ ਉਹਨਾਂ ਨੂੰ ਕਾਫ਼ੀ ਫਿਲਮਾਂ ਤਾਂ ਆਫਰ ਹੋਈਆਂ ਪਰ ਉਹ ਕੰਮ ਨਾ ਕਰ ਸਕੇ ਅਤੇ ਹੁਣ ਜਲਦੀ ਹੀ ਬੀਨੂ ਢਿੱਲੋਂ ਦੇ ਨਾਲ ਆਉਣ ਵਾਲੀ ਫਿਲਮ ਨੌਕਰ ਵੋਟੀ ਦਾ ਵਿੱਚ ਦਿਖਾਈ ਦੇਣਗੇ ਹੁਣ ਜਾਣਦੇ ਹਾਂ ਕਿ ਕੁਲਰਾਜ ਦਾ ਕਿਸ ਐਕਟਰ ਦੇ ਨਾਲ ਅਫੇਅਰ ਰਿਹਾ ਹੈ ਸਾਲ 2012 ਦੇ ਵਿੱਚ ਹਿੰਦੀ ਫਿਲਮ ਆਈ 4 ਦਿਨ ਕੀ ਚਾਂਦਨੀ ਅਤੇ ਇਸ ਫਿਲਮ ਦੇ ਦੌਰਾਨ ਹੀ ਕੁਲਰਾਜ ਅਤੇ ਹਿੰਦੀ ਫਿਲਮ ਐਕਟਰ ਤੁਸ਼ਾਰ ਕਪੂਰ ਦੀਆਂ ਨਜ਼ਦੀਕੀਆਂ ਵਧੀਆਂ ਅਤੇ ਕੁਝ ਸਮਾਂ ਰਿਲੇਸ਼ਨ ਦੇ ਵਿੱਚ ਰਹਿਣ ਤੋਂ ਬਾਅਦ ਦੋਨੋਂ ਅਲੱਗ ਹੋ ਗਏ ਫਿਲਹਾਲ ਕੁਲਰਾਜ ਦਾ ਸਾਰਾ ਧਿਆਨ ਆਪਣੇ ਕਰੀਅਰ ਦੇ ਵੱਲ ਹੈ ਦੋਸਤੋ ਇਹ ਸੀ ਕੁਲਰਾਜ ਰੰਧਾਵਾ ਦੇ ਫਿਲਮੀ ਸਫ਼ਰ ਦੇ ਬਾਰੇ ਜਾਣਕਾਰੀ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਬਾਰੇ ਕੁਝ ਹੋਰ ਜਾਣਕਾਰੀ ਬਾਰੇ ਕੁਲਰਾਜ ਰੰਧਾਵਾ ਅਤੇ ਨੀਰੂ ਬਾਜਵਾ ਦੋਵੇਂ ਇਕੱਠੇ ਕਰੀਨਾ ਕਰੀਨਾ ਸੀਰੀਅਲ ਦੇ ਵਿੱਚ ਕੰਮ ਕਰ ਚੁੱਕੇ ਨੇ ਜਿਸ ਵਿੱਚ ਕੁਲਰਾਜ ਨੇ ਕਿਰਾਏਦਾਰ ਅਤੇ ਨੀਰੂ ਨੇ ਮਕਾਨ ਮਾਲਕਣ ਦਾ ਕਿਰਦਾਰ ਨਿਭਾਇਆ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਸਮੇਂ ਦੋਨੋਂ ਸੀਰੀਅਲ ਦੇ ਸੈੱਟ 'ਤੇ ਹੁੰਦੀਆਂ ਉਦੋਂ ਕਦੇ ਵੀ ਇਹਨਾਂ ਨੂੰ ਆਪਸ ਦੇ ਵਿੱਚ ਗੱਲ ਕਰਦੇ ਨਹੀਂ ਦੇਖਿਆ ਗਿਆ ਸੀ ਕੁਝ ਸਮਾਂ ਪਹਿਲਾਂ ਕੁਲਰਾਜ ਰੰਧਾਵਾ ਦੇ ਬਾਰੇ ਇਹ ਅਫਵਾਹ ਫੈਲੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਸ ਬਾਰੇ ਕਈ ਬੜੇ TV ਚੈਨਲ ਅਤੇ ਅਖਬਾਰਾਂ ਨੇ ਵੀ ਇਸ ਖ਼ਬਰ ਨੂੰ ਸੱਚ ਮੰਨ ਕੇ ਦਿਖਾਇਆ ਸੀ ਇਸੇ ਤਰ੍ਹਾਂ ਪ੍ਰਸਿੱਧ ਹਿੰਦੀ ਅਖਬਾਰ ਅਮਰ ਉਜਾਲਾ ਨੇ ਵੀ ਇਹ ਖ਼ਬਰ ਛਾਪੀ ਕਿ ਕੁਲਰਾਜ ਨੇ ਪਿਆਰ ਦੇ ਵਿੱਚ ਧੋਖਾ ਮਿਲਣ ਤੋਂ ਬਾਅਦ ਆਪਣੇ ਫਲੈਟ ਦੇ ਵਿੱਚ ਸੁਸਾਈਡ ਕਰ ਲਿਆ ਪਰ ਇਹ ਖ਼ਬਰ ਬਿਲਕੁਲ ਹੀ ਝੂਠੀ ਨਿਕਲੀ ਜਿਸ ਬਾਰੇ ਕੁਲਰਾਜ ਖੁਦ ਵੀ ਹੈਰਾਨ ਸੀ ਨੌਕਰ ਵੋਟੀ ਦਾ ਫਿਲਮ ਦੇ ਵਿੱਚ ਪਹਿਲਾਂ ਕੁਲਰਾਜ ਦੀ ਜਗ੍ਹਾ ਕਵਿਤਾ ਕੌਸ਼ਿਕ ਨੂੰ ਲਿਆ ਗਿਆ ਸੀ
ਪਰ ਕਵਿਤਾ ਕੌਸ਼ਿਕ ਦੇ ਇਹ ਫਿਲਮ ਛੱਡਣ ਤੋਂ ਬਾਅਦ ਕੁਲਰਾਜ ਨੂੰ ਲਿਆ ਗਿਆ। ਇਹ ਫਿਲਮ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਨੂੰ ਡਾਇਰੈਕਟ ਕੀਤਾ ਹੈ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਨੇ। ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਦੇਵ ਖਰੋੜ ਤੇ ਜਪਜੀ ਖਹਿਰਾ ਵੀ ਨਜ਼ਰ ਆਉਣਗੇ। ਦੋਸਤੋ, ਇਹ ਸੀ ਜਾਣਕਾਰੀ ਖੂਬਸੂਰਤ ਪੰਜਾਬੀ ਐਕਟਰੈਸ ਕੁਲਰਾਜ ਰੰਧਾਵਾ ਦੇ ਬਾਰੇ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਪਸੰਦ ਆਈ ਤਾਂ ਕਮੈਂਟ ਕਰਨ ਦੇ ਨਾਲ ਨਾਲ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ, ਔਰ ਜੇ ਪਸੰਦ ਨਹੀਂ ਆਈ ਤਾਂ ਡਿਸਲਾਈਕ ਕਰਨ ਦੇ ਨਾਲ ਕਾਰਨ ਵੀ ਜ਼ਰੂਰ ਦੱਸਿਓ, ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ। ਕੋਈ ਜਾਣਕਾਰੀ ਗਲਤ ਹੋਵੇ ਜਾਂ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਵੀ ਕਮੈਂਟ ਰਾਹੀਂ ਸਾਂਝੀ ਜ਼ਰੂਰ ਕਰਿਓ। ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।